ਗੁਰਾਇਆ ਸ਼ਹਿਰ ਦੇ ਵਿਕਾਸ ਕੰਮਾਂ ਲਈ ਗ੍ਰਾਂਟਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਹਨਾਂ ਗੱਲਾਂ ਦਾ ਪ੍ਰਗਟਾਵਾ ਚੌਧਰੀ ਬਿਕਰਮਜੀਤ ਸਿੰਘ ਨੇ ਅੱਜ ਨਗਰ ਕੌਂਸਲ ਦਫ਼ਤਰ ਗੁਰਾਇਆ ਵਿਖੇ ਕਾਂਗਰਸੀ ਵਰਕਰਾਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਕੀਤਾ। ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆਉਂਦੀ ਹੈ, ਉਸ ਸਮੇਂ ਹੀ ਪੰਜਾਬ ਦੇ ਵਿਕਾਸ ਕੰਮ ਵੱਡੀ ਪੱਧਰ ਤੇ ਕਰਵਾਏ ਜਾਂਦੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਵਸ ਮੌਕੇ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਸ਼ਹਿਰ ਵਿੱਚ 550 ਬੂਟੇ ਲਗਾਉਣ ਦਾ ਸ਼ੁਭ ਆਰੰਭ ਵੀ ਕੀਤਾ ਗਿਆ। ਅੱਜ ਨਗਰ ਕੌਂਸਲ ਗੁਰਾਇਆ ਦੀ ਮੰਥਲੀ ਮੀਟਿੰਗ ਅੱਜ ਹੋਈ, ਜਿਹਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਨਗਰ ਕੌਂਸਲ ਗੁਰਾਇਆ ਵੱਲੋਂ ਗੁਰਾਇਆ ਨੂੰ ਬਿਹਤਰ ਔਰ ਸੁੰਦਰ ਬਣਾਉਣ ਵਾਸਤੇ ਜੋ ਜੋ ਪ੍ਰਪੋਜ਼ਲਸ ਅੱਜ ਸਾਰੇ ਕੌਂਸਲਰ ਸਭਾ ਨੇ ਦਿੱਤੀਆਂ, ਉਹਨਾਂ 'ਤੇ ਅੱਜ ਚਰਚਾ ਹੋਈ ਹੈ ਔਰ ਬਹੁਤ ਜਲਦ ਸਾਰੇ ਵਾਰਡਾਂ ਵਿੱਚ ਪੰਜਾਬ ਸਰਕਾਰ ਵੱਲੋਂ ਗ੍ਰਾਂਟਾਂ ਜਿਹੜੀਆਂ ਆ ਰਹੀਆਂ ਉਹਨਾਂ ਦੀ ਵੱਖ ਵੱਖ ਕੰਮਾਂ ਵਾਸਤੇ ਉਹ ਪੈਸੇ ਲਾਏ ਜਾਣਗੇ। ਉਸ ਦੇ ਨਾਲ ਨਾਲ ਅੱਜ ਜਿਹੜਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ 550 ਸਾਲਾ ਬਹੁਤ ਧੂਮਧਾਮ ਨਾਲ ਮਨਾਉਣ ਦਾ ਜਿਹੜਾ ਪੂਰੇ ਪੰਜਾਬ ਵਿੱਚ ਇੱਕ ਮਿਸ਼ਨ ਲੈ ਕੇ ਚੱਲੇ ਨੇ, ਉਸ ਨੂੰ ਅਸੀਂ ਗੁਰਾਇਆ ਸ਼ਹਿਰ ਵਿੱਚ ਅੱਜ ਲਾਂਚ ਕੀਤਾ ਹੈ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 550 ਸਾਲਾ ਦੇ ਸੈਲੀਬ੍ਰੇਸ਼ਨਸ ਨੂੰ ਦੇਖਦੇ ਹੋਏ ਅਸੀਂ ਸਾਰੇ ਗੁਰਾਇਆ ਵਿੱਚ ਬ੍ਰਿਖ ਲਾਉਣ ਦਾ ਕੰਮ ਕਰਨ ਜਾ ਰਹੇ ਹਾਂ, ਪੌਦੇ ਲਾਉਣ ਦਾ ਕੰਮ ਕਰਨ ਜਾ ਰਹੇ ਹਾਂ। ਅੱਜ ਨਗਰ ਕੌਂਸਲ ਗੁਰਾਇਆ ਦਫ਼ਤਰ ਵਿੱਚ ਅਸੀਂ ਆਹ ਮੁਹਿੰਮ ਸ਼ੁਰੂ ਕੀਤਾ ਹੈ ਔਰ ਇਸ ਮੁਹਿੰਮ ਨੂੰ ਅਸੀਂ ਪੂਰੇ ਵਿਧਾਨ ਸਭਾ ਹਲਕਾ ਫਲੋਰ ਵਿੱਚ ਪਿੰਡ ਪਿੰਡ ਲਿਜਾਵਾਂਗੇ ਔਰ ਹਰ ਪਿੰਡ ਦੇ ਵਿੱਚ 550 ਜੋ ਬੂਟਾ ਹੈ ਅਸੀਂ ਲਾਉਣ ਦਾ ਕੰਮ ਕਰਾਂਗੇ। ਇਸ ਮੌਕੇ ਬੋਲਦਿਆਂ ਕਮਲਦੀਪ ਸਿੰਘ ਬਿੱਟੂ ਨੇ ਕਿਹਾ ਕਿ ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਵਿੱਚ ਚੌਧਰੀ ਬਿਕਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਸ਼ਹਿਰ ਦੇ ਭਖਦੇ ਮਸਲਿਆਂ ਤੇ ਵਿਚਾਰ ਕੀਤਾ ਗਿਆ, ਜਿਨ੍ਹਾਂ ਵਿੱਚ ਗੰਦੇ ਪਾਣੀ ਦੇ ਨਿਕਾਸ, ਕੂੜੇ ਦੇ ਡੰਪ ਅਤੇ ਹੋਰ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤੀਆਂ ਗਈਆਂ ਅਤੇ ਚੌਧਰੀ ਸਾਹਿਬ ਨੂੰ ਨਗਰ ਕੌਂਸਲ ਗੁਰਾਇਆ ਵੱਲੋਂ ਕਰਵਾਏ ਗਏ ਕੰਮਾਂ ਦੀ ਜਾਣਕਾਰੀ ਦਿੱਤੀ ਗਈ। ਚੌਧਰੀ ਬਿਕਰਮਜੀਤ ਸਿੰਘ ਵੱਲੋਂ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਬਿੱਟੂ ਨੇ ਕਿਹਾ ਕਿ ਸ਼ਹਿਰ ਨੂੰ ਇੱਕ ਵਧੀਆ ਤਰੀਕੇ ਦੀ ਦਿੱਖ ਦਿੱਤੀ ਜਾਵੇਗੀ। ਅੱਜ ਨਗਰ ਕੌਂਸਲ ਗੁਰਾਇਆ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਚੌਧਰੀ ਬਿਕਰਮਜੀਤ ਸਿੰਘ ਜੀ ਹਲਕਾ ਇੰਚਾਰਜ ਫਲੋਰ, ਉਹ ਸਾਡੇ ਦਰਮਿਆਨ ਜਿਹੜੀ ਸਾਡੀ ਮੰਥਲੀ ਮੀਟਿੰਗ ਹੈ ਸਾਰੇ ਕੌਂਸਲ ਸਾਹਿਬਾਨ ਦੇ ਨਾਲ ਅੱਜ ਸਾਡੇ ਮੀਟਿੰਗ ਦੇ ਵਿੱਚ ਸਾਡੇ ਵਿੱਚ ਸ਼ਾਮਲ ਹੋਏ ਔਰ ਸ਼ਹਿਰ ਦੇ ਜਿਹੜੇ ਭੱਖਦੇ ਮਸਲੇ ਆ ਉਹਨਾਂ 'ਤੇ ਵਿਚਾਰ ਕੀਤਾ ਗਿਆ, ਜਿਹਦੇ ਵਿੱਚ ਗੰਦੇ ਪਾਣੀ ਦਾ ਨਿਕਾਸ, ਇਨਕਰੋਚਮੈਂਟ ਔਰ ਜਿਹਦੀਆਂ ਵੀ ਕੋਈ ਹੋਰ ਗ੍ਰਾਂਟਾਂ ਦੀ ਲੋੜ ਆ ਉਹਨਾਂ ਸੰਬੰਧ ਦੇ ਵਿੱਚ ਔਰ ਜਿਹੜੇ ਵੀ ਪਿਛਲੇ ਕੰਮ ਸਾਰੇ ਹੋਏ ਆ ਉਹ ਸਾਰੇ ਕੰਮ ਰਿਵਿਊ ਕੀਤੇ ਗਏ ਔਰ ਮਾਨਯੋਗ ਚੌਧਰੀ ਸਾਹਿਬ ਨੇ ਯਕੀਨ ਦਵਾਇਆ ਕਿ ਪੰਜਾਬ ਸਰਕਾਰ ਦੀ ਤਰਫੋਂ ਮੈਂ ਗ੍ਰਾਂਟ ਵੱਲੋਂ ਕੋਈ ਵੀ ਕਮੀ ਨਹੀਂ ਆਉਣ ਦੇਵਾਂਗਾ ਤਾਂ ਕਿ ਆਪਾਂ ਗੁਰਾਇਆ ਸ਼ਹਿਰ ਨੂੰ ਇੱਕ ਨਮੂਨੇ ਦਾ ਸ਼ਹਿਰ ਬਣਾਉਣਾ ਔਰ ਇਸ ਸੰਬੰਧ ਦੇ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਸਾਲਾ ਦਿਵਸ ਮਨਾਇਆ ਜਾ ਰਿਹਾ ਉਸ ਸੰਬੰਧ ਦੇ ਵਿੱਚ ਅੱਜ ਨਗਰ ਕੌਂਸਲ ਗੁਰਾਇਆ ਦੇ ਵਿੱਚ ਜਿਹੜੇ ਬੂਟੇ ਵੀ ਲਾਏ ਗਏ ਔਰ ਆਗਾਜ਼ ਕੀਤਾ ਗਿਆ 550 ਦਰੱਖਤ ਦਾ ਜਿਹੜਾ, ਲੇਕਿਨ ਅਸੀਂ ਇਸ ਤੋਂ ਵੀ ਵੱਧ ਦਰੱਖਤ ਜਿਹੜੇ ਨਗਰ ਦੇ ਵਿੱਚ ਲਾਵਾਂਗੇ ਔਰ ਮਾਨਯੋਗ ਚੌਧਰੀ ਸਾਹਿਬ ਨੇ ਸਾਨੂੰ ਇਹ ਯਕੀਨ ਦਵਾਇਆ ਕਿ ਗੁਰਾਇਆ ਦੀ ਨੁਹਾਰ ਬਦਲ ਲਈ ਮੈਂ ਹਰ ਵੇਲੇ ਹਾਜ਼ਰ ਹਾਂ ਔਰ ਤਨੋ ਮਨੋ ਧਨੋ ਗੁਰਾਇਆ ਨਗਰ ਦੇ ਵਿਕਾਸ ਦੇ ਵਿੱਚ ਹਮੇਸ਼ਾ ਲਈ ਮੈਂ ਵੱਧ ਤੋਂ ਵੱਧ ਯੋਗਦਾਨ ਦੇਵਾਂਗਾ ਔਰ ਮੈਂ ਆਪਣੇ ਵੱਲੋਂ ਸਾਰੇ ਨਗਰ ਕੌਂਸਲਰ ਸਾਥੀਆਂ ਵੱਲੋਂ ਚੌਧਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜਿਹੜਾ ਆਪਣਾ ਆਸ਼ੀਰਵਾਦ ਨਗਰ ਕੌਂਸਲ ਦੇ ਬਣਾਈ ਰੱਖਣ, ਇਹਨਾਂ ਬੇਤੀਆਂ ਦੱਸ ਕੇ ਮੇਰਾ ਜਾ ਚੁੱਕਾ, ਧੰਨਵਾਦ। ਇਸ ਮੌਕੇ DSP ਫਲੋਰ ਦਵਿੰਦਰ ਸਿੰਘ ਅਤਰੀ, ਨਾਇਬ ਤਹਿਸੀਲਦਾਰ ਤਰਵਿੰਦਰ ਕੁਮਾਰ, EO ਬਲਵਿੰਦਰ ਸਿੰਘ, BDPO ਰਣਜੀਤ ਸਿੰਘ, ਰਵਿੰਦਰਪਾਲ ਸਿੰਘ ਕੌਂਸਲਰ, ਸੰਜੇ ਅਟਵਾ, ਰਕੇਸ਼ ਦੁੱਗਲ ਬਲਾਕ ਪ੍ਰਧਾਨ, ਬਲਜਿੰਦਰ ਕੁਮਾਰ ਕੌਂਸਲਰ, ਰੋਸ਼ਨ ਲਾਲ ਕੌਂਸਲਰ, ਰਜੀਵ ਪੁੰਜ ਕੌਂਸਲਰ, ਜਸਵਿੰਦਰ ਸਿੰਘ ਕੌਂਸਲਰ, ਸੁਖਰਾਜ ਕੌਰ ਕੌਂਸਲਰ, ਜੀਵਨ ਦਾਸ, ਹਰਵੰਸ ਮਹਿਮੀ, ਅਨਿਲ ਜੋਸ਼ੀ, ਰਾਮ ਲੋਹਾਇਆ ਪੁੰਜ, ਦਾਰਾ ਸਿੰਘ ਰਾਏ, ਮਨੀਸ਼ ਜੈਨ ਤੋਂ ਇਲਾਵਾ ਸ਼ਹਿਰ ਵਾਸੀ ਹਾਜ਼ਰ ਸਨ। ਗੁਰਾਇਆ ਤੋਂ ਬਿੰਦਰ ਸੁਮਨ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।